Sério? Oi, tio, oi. Tli? Rádio Tli. Rádio Tli. Rádio Tli. Nini por yogi, si? Hum? Tem um dito pro pia. Sério que si? Sério que si? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿਵੇਂ ਤੁਸੀਂ ਸਾਰੇ? ਅੱਜ ਅਸੀਂ ਜਾ ਰਹੇ ਹਾਂ ਨਵਰੀਤ ਦੀ ਸਿਟੀਜ਼ਨਸ਼ਿਪ ਸੈਰੇਮਨੀ 'ਤੇ, ਔਰ ਅਸੀਂ ਸਾਰੇ ਰੈਡੀ ਹਾਂ, ਤਿਆਰ ਹੋ ਚੁੱਕੇ ਹਾਂ, ਔਰ ਸਹਿਰ ਨੂੰ ਤਿਆਰ ਕਰਨ ਲੱਗੇ ਹਾਂ, ਕਿਉਂਕਿ ਸਹਿਰ ਹੁਣੇ ਸੁੱਤੀ ਉੱਠੀ ਹੈ। ਅਤੇ ਸਹਿਰੂ, ਮੰਮਾ ਦੀ ਸਿਟੀਜ਼ਨਸ਼ਿਪ ਸੈਰੇਮਨੀ 'ਤੇ ਜਾਣਾ ਤੁਸੀਂ? ਅਸੀਂ ਦੋਵੇਂ ਰੈਡੀ ਹੋਣ ਤੋਂ ਬਾਅਦ ਸਹਿਰ ਨੂੰ ਪੂਰਾ ਸੌਣ ਦਾ ਮੌਕਾ ਦਿੱਤਾ ਗਿਆ ਕਿ ਪੂਰਾ ਸੌਂ ਜਾਏ, ਸਾਨੂੰ ਰਾਜ ਤੰਗ ਨਾ ਕਰੇ ਔਰ ਨਾ ਹੀ ਆਪ ਤੰਗ ਹੋਵੇ। ਅਤੇ ਅਸੀਂ ਹੁਣ ਇਹਦਾ ਖਾਣਾ ਪੀਣਾ ਵੀ ਪੈਕ ਕਰ ਲਿਆ, ਬਸ ਅਸੀਂ ਹੁਣ ਇੱਥੋਂ ਨਿਕਲਾਂਗੇ। ਕਨਫਿਊਜ਼ਨ ਹੋ ਰਹੀ ਹੈ ਕਿ ਅਸੀਂ ਕਿਹੜਾ ਸੂਟ ਪਾਈਏ, ਇਹਨੂੰ ਆਹ ਵਾਲਾ ਜਾਂ ਆਹ ਵਾਲਾ। ਆਹ ਠੀਕ ਹੈ, ਆਹ ਵਾਲਾ ਸੋਹਣਾ। ਅੱਛਾ ਚਲੋ, ਸਹਿਰ ਨੂੰ ਪੁੱਛੋ ਕਿਹੜੀ ਚੂਜ਼। ਸਰ ਵਿਚ ਵਨ? ਦੋ ਮਹੀਨੇ ਸਰ, ਵਨ ਚੂਜ਼, ਵਨ ਕਿਹੜਾ ਪਾਉਣਾ ਸੀ? ਆ ਪਾਓ ਬਰਾਊਨ, ਨਹੀਂ ਸੋਹਣਾ ਲੱਗਦਾ। ਹੈ ਨਾ ਬਈ, ਸੈਰੇਮਨੀ ਦਾ ਟਾਈਮ ਹੈ 5 ਵਜੇ, ਅਸੀਂ ਉੱਥੇ 4:30 ਪਹੁੰਚਣਾ, ਔਰ ਕੁਛ ਡਾਕੂਮੈਂਟ ਚਾਹੀਦੇ ਨੇ, ਇਨਵੀਟੇਸ਼ਨ ਲੈਟਰ, ਆਪਣਾ ਪਾਸਪੋਰਟ ਔਰ ਨਵਰੀਤ ਦਾ ਮਤਲਬ ਆਈਡੈਂਟੀਫਿਕੇਸ਼ਨ ਲਾਇਸੈਂਸ ਦੇਖਣਗੇ। ਅਤੇ ਉਸ ਤੋਂ ਬਾਅਦ ਫਿਰ ਅਸੀਂ ਸੈਰੇਮਨੀ ਅਟੈਂਡ ਕਰ ਸਕਦੇ ਹਾਂ, ਥੋੜ੍ਹੀ ਬਹੁਤੀ ਕਹਿੰਦੇ ਰਿਫਰੈਸ਼ਮੈਂਟ ਵੀ ਦੇਣਗੇ, ਦੇਖਦੇ ਹਾਂ। ਬਾਕੀ ਅੱਜ ਅਸੀਂ ਸੋਚ ਰਹੇ ਹਾਂ ਕਿ ਬਾਹਰੋਂ ਡਿਨਰ ਕੀਤਾ ਜਾਏ। ਚਲੋ ਅਸੀਂ ਇਹਨੂੰ ਰੈਡੀ ਕਰਕੇ ਅਤੇ ਫਿਰ ਇੱਥੋਂ ਨਿਕਲਦੇ ਹਾਂ। ਸਾਡਾ 30 ਕਿੰਨੇ ਚਿਰ ਦਾ ਰਾਹ ਹੈ? 25-30 ਮਿੰਟ ਦਾ ਰਾਹ ਹੈ ਸਾਡਾ। ਅਤੇ ਉਸ ਤੋਂ ਬਾਅਦ ਫਿਰ ਅਤੇ 25-30 ਮਿੰਟ ਦੇ ਰਾਹ ਤੋਂ ਬਾਅਦ ਫਿਰ ਅਸੀਂ ਉੱਥੇ ਪਹੁੰਚ ਜਾਵਾਂਗੇ ਔਰ ਸੈਰੇਮਨੀ ਦਾ ਮਜ਼ਾ ਲੈਂਦੇ ਹਾਂ। ਐਡਵਾਂਸ ਆਸਟ੍ਰੇਲੀਆ ਫੇਅਰ ਗਾਣਾ ਪੈਣਾ। ਨਵਰੀਤ ਨੂੰ ਤਾਂ ਆਉਂਦਾ ਵੀ ਹੈ, ਖੈਰ ਹੈ ਨਾ। ਚਲੋ ਜਾਓ, ਇਹਦੀ ਕੰਘੀ ਫੇਰ ਦੀ ਕਿ ਨਹੀਂ, ਆਪਣਾ ਟਾਈਮ ਵੀ ਹੋ ਗਿਆ, ਨਾਲੇ ਚੱਲੀਏ ਬਸ ਆਪਾਂ। ਤਿਆਰ ਹੋ ਕੇ ਆ ਗਿਆ ਸੀ ਤੂੰ? ਆ ਜਾਓ, ਚਲੋ
आज चलिए। इधर नहीं जाना सैरू। नो नो गंदे बच्चे। सैरू ओए आलो आ ले लो चाबी। हेलो आज नवू। ओके बाय मैं चल रहा फिर। बाय बाय। बाय सैरू। बाय सैरू। बाय बाय बाय। थोड़ी थोड़ी बारिश भी होने लग गई। हाँ आज रेडी 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 आ जाओ। पहुंच गए। आ जाओ। हल्की हल्की बारिश भी हो रही है अज इत्थे। असीं पहुंच गए हैं हुण ते। मिसिज ऑलसी किवें लग रहा ऑस्ट्रेलियन बन के? ठीक है जद ठीक है वधिया। Are you ready with your documents? I am ready with my documents, but I am getting ready. So many people. Chak lo. Hogi? Chalo. Main abhi chak lo. सुती उठी सी ना कुछ खाता नहीं सी करो। एंजॉय कर रही है। दोबारा कोकोनट देखेगी और पच पच के बाद जाऊंगी। सेल्फिश सैरुदीश कोटी परफेक्ट हां सैरुदी कुत्ता सैरु Thank you, Laurie. Welcome everyone here today.
We intimated a citizenship ceremony this morning with another 44 people, which was really great to see. So this will really top off the day. Firstly, Mitchell Shire Council acknowledges the world's oldest continuing culture. This is a fundamental part of who we are. For more than 60,000 years, First Nations people have cared for this country. Appreciating and understanding this truth is a vital part of what it means. Alright everybody, please repeat after me. From this time forward under God, I pledge my loyalty to Australia and its people, whose democratic beliefs I share, whose rights and liberties I respect, and whose laws I will uphold and obey. Thank you very much. Congratulations to Australian citizens. Right, everyone. Vegemite, okay. Aussie, yeah. Nice. Congratulations, Navreet. मौसम भी बढ़िया होगा नहीं ध्यान रख हाँ
ਹਾਏ ਰੌਕੀ ਦਿਸ ਗਿਆ ਰੌਕੀ ਰੌਕੀ ਦਿਸ ਗਿਆ ਤੈਨੂੰ ਵਧੀਆ ਜੀ ਸੈਰੇਮਨੀ ਹੈ ਨਾ ਵੈਸੇ ਮਤਲਬ ਵਧੀਆ ਫੀਲਿੰਗ ਤਾਂ ਵਧੀਆ ਹੁੰਦੀ ਹੈ ਨਾ ਸੋਹਣੀ ਫੀਲਿੰਗ ਆਉਂਦੀ ਹੈ ਆਹ ਸਾਰਾ ਕੁਛ ਸਰਟੀਫਿਕੇਟ ਇਜ਼ ਮੋਸਟ ਇੰਪੋਰਟੈਂਟ ਨਹੀਂ ਸਿਟੀਜ਼ਨਸ਼ਿਪ ਸਰਟੀਫਿਕੇਟ ਮੋਸਟ ਇੰਪੋਰਟੈਂਟ ਹੈ ਮੈਂ ਹੈ ਬਾਕੀ ਚੀਜ਼ਾਂ ਤਾਂ ਚਲੋ ਸੁਵੀਨੀਅਰ ਹੈ ਹਾਂ ਵੋਟ ਵੀ ਪਾਉਣੀ ਪਏਗੀ ਸੱਚ ਹੁਣ ਠੀਕ ਹੈ ਖਿਲੀ ਲੀ ਲੀ ਹੈ ਸਹਿਰੂ ਕੀ ਕਿਹਾ ਸੀ ਖਿਲੀ ਲੀ ਲੀ ਮੇਰੇ ਹਸਬੈਂਡ ਮੇਰਾ ਬੱਚਾ ਹੁਣ ਅਸੀਂ ਮੇਰੇ ਖਿਆਲ ਕਿੱਥੋਂ ਹੁਣ ਅਸੀਂ ਉੱਥੋਂ ਸੈਰੇਮਨੀ ਤੋਂ ਬਾਹਰ ਆ ਗਏ ਹਾਂ ਹਾਲ ਤੋਂ ਬਾਹਰ ਆ ਗਏ ਗੱਡੀ 'ਚ ਬੈਠੇ ਹਾਂ ਹੁਣ ਅਸੀਂ ਆਪਣੇ ਜਾ ਰਹੇ ਹਾਂ ਘਰੇ ਅਤੇ ਅੱਜ ਅਸੀਂ ਸੋਚ ਰਹੇ ਹਾਂ ਕਿ ਬਾਹਰੋਂ ਕੁਛ ਆਰਡਰ ਕੀਤਾ ਜਾਏ ਕਿਉਂਕਿ ਥੋੜ੍ਹੀ ਜਿਹੀ ਸੈਲੀਬ੍ਰੇਸ਼ਨ ਹੋ ਜਾਂਦੀ ਹੈ ਔਰ ਅਸੀਂ ਨਾ ਇੱਕ ਚੀਜ਼ ਹੋਰ ਅਸੀਂ ਉਦੋਂ ਦੇ ਕੰਪੇਅਰ ਕਰ ਰਹੇ ਹਾਂ ਜਦੋਂ ਕੁਮਰ ਦੀ ਸੈਰੇਮਨੀ ਹੋਈ ਸੀ ਅਤੇ ਮੇਰੀ ਹੋਈ ਹੈ ਅਤੇ ਇਹਦੇ ਵਿੱਚ ਕੀ ਸਿਮਿਲੈਰਿਟੀਜ਼ ਹੈ ਅਤੇ ਕੀ ਡਿਫਰੈਂਸਿਸ ਹੈ ਕਦੇ ਕਦੇ ਸਾਨੂੰ ਐਂ ਲੱਗਦਾ ਮੇਰੀ ਬੈਟਰ ਹੈ ਫਿਰ ਅਸੀਂ ਕਿ ਉਹ ਅਸੀਂ ਤਾਂ ਐਵੇਂ ਰਹਿ ਗਏ ਅਤੇ ਤੁਹਾਨੂੰ ਇਹ ਮਿਲ ਰਿਹਾ ਉਹ ਮਿਲ ਰਿਹਾ ਪਰ ਬਾਅਦ 'ਚ ਡਿਸਕਵਰ ਹੁੰਦਾ ਵੀ ਯਾਰ ਨਹੀਂ ਤੁਹਾਡਾ ਵਧੀਆ ਸੀ ਅਗਰ ਸਾਨੂੰ ਮਤਲਬ ਥੋੜ੍ਹੇ ਨਾਲ ਹੀ ਸਾਰ ਰਹੇ ਹੈ ਪਰ ਉਦੋਂ ਮਤਲਬ ਰਿਫਰੈਸ਼ਮੈਂਟਸ ਦੇ ਨਾਮ ਤੇ ਮਤਲਬ ਬਾਅਦ ਦੇ ਵਿੱਚ ਕੁਝ ਦਿੱਤਾ ਗਿਆ ਸੀ 2016 ਦੀ ਗੱਲ ਹੈ ਪਰ ਹੁਣ ਰਿਫਰੈਸ਼ਮੈਂਟਸ ਇਹਨਾਂ ਨੇ ਮੈਨਿਊ ਟਾਈਪ ਸੀਗਾ ਹਾਂ ਜਿਵੇਂ ਹੌਟ ਪਲੇਟਸ ਵਗੈਰਾ ਹੁੰਦੀਆਂ ਸਭ ਕੁਝ ਉਦਾਂ ਉਹਨਾਂ ਤੇ ਖਾਣਾ ਪਿਆ ਸੀ ਬੁਫੇ ਸੈਟਅਪ ਦੇ ਵਿੱਚ ਤੇ ਵਧੀਆ ਸੀ ਲੋਕੀ ਆਪਸ ਚ ਗੱਲਾਂ ਬਾਤਾਂ ਕਰ ਰਹੇ ਸੀ ਤੇ ਹੁਣ ਸਾਨੂੰ ਕੀ ਕੁਝ ਮਿਲਿਆ ਤੁਸੀਂ ਦੇਖਿਓ ਕੀ ਮਿਲਿਆ ਕਿ ਤੁਹਾਨੂੰ ਚਲੋ ਘਰੇ ਜਾ ਕੇ ਖਾਣੇ ਰਿਫਰੈਸ਼ਮੈਂਟਸ ਚ ਕੀ ਕੁਝ ਮਿਲਿਆ ਔਰ ਵੈਸੇ ਸੁਵੀਨੀਅਰ ਕੀ ਮਿਲਿਆ ਹੈ ਕੀ ਨਹੀਂ ਤੇ ਬਾਕੀ ਸਰਟੀਫਿਕੇਟ ਬਹੁਤ ਜ਼ਰੂਰੀ ਸੀਗਾ ਉਹ ਮਿਲ ਗਿਆ ਨਾਉ ਸ਼ੀ ਕੈਨ ਅਪਲਾਈ ਫੋਰ ਆਸਟ੍ਰੇਲੀਅਨ ਪਾਸਪੋਰਟ ਤੇ ਦੂਜਾ ਕੀ ਤੁਹਾਨੂੰ ਵੋਟ ਵੀ ਪਾਉਣੀ ਪੈਣੀ ਅੱਗੇ ਤੋਂ ਔਰ ਵੋਟਾਂ ਅਜੇ ਤਾਂ ਨਹੀਂ ਹੈਗੀਆਂ ਅਗਲੇ ਸਾਲ ਮੇਰੇ ਕੋਲ ਚਲੋ ਸੋ ਵੀ ਆਰ ਗੁੱਡ ਫॉर ਨਾਓ ਵੀ ਆਰ ਗੁੱਡ ਫॉर ਨਾਓ ਸਰੂ ਸੀਟਡ ਆ ਪਿੱਛੇ ਵਧੀਆ ਅੱਛਾ ਸੈਟਲਡ ਆ ਮੇਰਾ ਫੋਨ ਮੈਨੂੰ ਆਵੇ ਐਡਰੈਸ ਤੇ ਵਿੱਚ ਲਾਤਾ ਸੋ ਸ਼ੀ ਇਜ਼ ਹੈਪੀ ਸ਼ੂਜ਼ ਵਗੈਰਾ ਲਾ ਲਿਆ ਸੌਕਸ ਦੇ ਵਿੱਚ ਸ਼ੂਜ਼ ਪਏ ਬਲੈਂਕਟ ਪਈ ਹੈ ਤੇ ਚਿਲ ਲਗਾ ਰਹੀ ਹੈ ਸੋ ਹੁਣ ਅਸੀਂ ਹਲਕੀ ਹਲਕੀ ਬਾਰਿਸ਼ ਵਿੱਚੋਂ ਵਿੱਚ ਕੁਝ ਟੈਂਚਾ ਪਾ ਰਹੀ ਨੇ ਬਹੁਤ ਸੋਹਣਾ ਮੌਸਮ ਐਕਚੁਅਲੀ ਠੰਡ ਲੱਗ ਰਹੀ ਸੀ ਹੋਊਗੀ ਮੀਂਹ ਦੇ ਕਰਕੇ ਪਤਾ ਹੀ ਨਹੀਂ ਇੰਡੀਅਨ ਤੋਂ ਇਲਾਵਾ ਕੋਈ ਨੀ ਖਾ ਸਕਦਾ ਇਹ ਵੀ ਓਜ਼ੀਸ ਤੋਂ ਇਲਾਵਾ ਕੋਈ ਨੀ ਖਾ ਸਕਦਾ
ਮੈਂ ਤਾਂ ਕਦੀ ਖਾਧਾ ਵੀ ਨਹੀਂ, ਟੇਸਟ ਵੀ ਨਹੀਂ ਕੀਤਾ ਹੈ ਕਿਵੇਂ ਦਾ ਹੁੰਦਾ। ਓਜ਼ੀਸ ਬਹੁਤ ਖੁਸ਼ ਹੋ ਗਏ ਖਾਂਦੇ। ਹਾਂ ਇਹ ਤਾਂ ਬਹੁਤ ਵਧੀਆ ਬਿਸਕੁਟ, ਨਾਈਸ। ਅੱਛਾ ਸੀਡਸ ਨੇ ਆ, ਓਕੇ ਸੀਡਸ ਫੋਰ ਇਕੁਆਲਿਟੀ। ਇਹ ਕਿਹੜੇ ਆ, ਨੇਟਿਵ ਵਾਈਲਡ ਫਲਾਵਰ। ਅੱਛਾ ਦੋਨੋਂ ਸੇਮ ਹੈ, ਸੇਮ ਆ। ਸਮਹਾਉ ਆਈ ਫੀਲ ਲਾਈਕ ਅ ਸਿਮਿਲਰ ਹੋਣਗੇ। ਆ ਜਿਹੜਾ ਪਲਾਂਟ ਹੈ, ਇਹ ਪਲਾਂਟ ਕੀ ਲਿਆ ਆ, ਡੇਜ਼ੀ, ਐਵਰਲਾਸਟਿੰਗ ਡੇਜ਼ੀ। ਤੇ ਨਾ ਵੱਖਰੇ ਵੱਖਰੇ ਆ ਐਕਚੁਅਲੀ, ਆ ਲਿਖੇ ਨਾ। ਬਾਕੀ ਬੁੱਕ ਆ ਬਰਡਸ ਦੇ ਉੱਤੇ, ਆਸਟ੍ਰੇਲੀਆ ਦੇ ਬਰਡਸ ਹੈ। ਉਸੇ ਚੀਜ਼ ਦੀ ਸੀ ਡੀ ਹੈ। ਅੱਛਾ ਸੇਮ ਚੀਜ਼ ਦੀ, ਪਤਾ ਲੱਗ ਜਾਏਗਾ ਕੀ ਕੁਛ ਆਪਣੇ ਨੇੜੇ ਤੇੜੇ, ਹਿਸਟਰੀ, ਪਾਰਕ, ਟ੍ਰੇਲਰ ਪਾਰਕ, ਟ੍ਰੇਲਸ, ਐਵਰੀਥਿੰਗ। ਸੋ ਦਿਸ ਇਜ਼ ਨਾਈਸ। ਸੋ ਫਾਰ ਸੀਡਸ, ਬਰਡਸ, ਪੇੜ, ਅਸੀਂ ਇੱਥੇ ਆ ਬੈਵਰੇਜ, ਅਸੀਂ ਇੱਥੇ ਗਏ ਸੀ, ਅਸੀਂ ਇੱਥੇ ਗਏ ਸੀ ਬ੍ਰੈਡਫੋਰਡ। ਹਾਂ ਚੀਟਾ ਤੇ ਨਾਈਸ। ਮੈਂ ਫੜਾਇਆ, ਵਾਪਸ ਲੈ ਗਈ। ਸਹਿਰੂ ਸਹਿਰੂ ਵਾਪਸ ਕਰੋ। ਪਲੇਜ ਸੀਗੀ ਜਿਹੜੀ ਉਹਨਾਂ ਨੇ ਸਾਨੂੰ ਪੜ੍ਹਾਈ ਤੇ ਬਾਅਦ ਚ ਅਫੀਸ਼ਲੀ ਸਾਨੂੰ ਸਿਟੀਜ਼ਨ ਅਨਾਉਂਸ ਕੀਤਾ। ਇਹ ਪੜ੍ਹਨ ਤੋਂ ਬਿਨਾਂ ਤੁਸੀਂ ਸਿਟੀਜ਼ਨ ਨਹੀਂ ਹੋ ਸਕਦੇ, ਭਾਵੇਂ ਤੁਸੀਂ ਜਿੰਨੇ ਮਰਜ਼ੀ ਟੈਸਟ ਦੇ ਲਓ ਅਤੇ ਜੋ ਮਰਜ਼ੀ ਕਰ ਲਓ। ਓਕੇ ਸੋ ਉਹਨਾਂ ਨੇ ਇੱਕ ਦਿੱਤੀ ਹੈ ਮੈਨੂੰ ਐਪਲੀਕੇਸ਼ਨ ਫੋਰ ਇਨਰੋਲਮੈਂਟ ਫੋਰ ਇਲੈਕਸ਼ਨਸ ਇਨ ਵਿਕਟੋਰੀਆ, ਅਤੇ ਇਹਦੇ ਮੈਨੂੰ ਇਹ ਇਨਰੋਲ ਕਰਨਾ ਪਏਗਾ ਇਹਦੇ ਵਿੱਚ, ਦੈਟਸ ਮੈਂਡੇਟਰੀ। ਅਤੇ ਦਿਸ ਇਜ਼ ਮਾਈ ਸਿਟੀਜ਼ਨਸ਼ਿਪ ਸਰਟੀਫਿਕੇਟ। ਓਕੇ ਨਾਓ ਆਈ ਸੀ ਆ ਜਿਹੜਾ ਉਹ ਨਹੀਂ ਹੈ ਸੈਲਫ ਜਿਹਾ ਵਿੱਚ ਦਿਸ ਰਿਹਾ ਹੈਨਾ, ਐਂਬੋਸਿੰਗ ਜੀ ਮਾੜੀ ਮੋਟੀ ਕਾਈਂਡ ਆਫ ਲਾਈਕ ਗਲੋਸੀ ਪਾਰਟ, ਉਹ ਨਹੀਂ ਸੀਗਾ ਤੁਹਾਡੇ ਸਰਟੀਫਿਕੇਟ, ਉਹ ਡਿਫਰੈਂਟ ਆ। ਬਾਕੀ ਸਰਟੀਫਿਕੇਟ ਇਟ ਸੈਲਫ ਥੋੜ੍ਹਾ ਜਿਹਾ ਮਤਲਬ ਫੋਂਟ ਵਗੈਰਾ ਅਤੇ ਹਾਂ ਸੈਟਅਪ ਚੇਂਜ ਆ, ਬਟ ਓਕੇ। ਸਭ ਤੋਂ ਵਧੀਆ ਚੀਜ਼ ਜਿਹੜੀ ਮੈਨੂੰ ਲੱਗੀ ਇੱਕ ਆ ਹੈ ਮੇਨ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਦਾ ਇੱਕ ਕੋਇਨ, $1 ਮਤਲਬ ਇਹ ਓਫੀਸ਼ੀਅਲ $1 ਕੋਇਨ ਨਹੀਂ ਹੈ, ਬਟ ਇਹ ਮਤਲਬ ਜਿਵੇਂ ਸੁਵੀਨੀਅਰ ਬਣਾਏ ਹੁੰਦੇ ਆ ਸਿਟੀਜ਼ਨਸ਼ਿਪ ਦੇ ਲਈ, ਉਵੇਂ ਦਾ, ਬਟ ਇਟ ਕਾਂਟ ਬੀ ਯੂਜ਼ਡ ਰੈਗੂਲਰ। ਆਈ ਡੋਨਟ ਥਿੰਕ ਸੋ, ਮਤਲਬ ਮੈਨੂੰ ਪਹਿਲਾਂ ਹੀ ਲੱਗਿਆ ਸੀ ਯੂਜ਼ ਨਹੀਂ ਹੋ ਸਕਦਾ, ਬਟ ਸੁਵੀਨੀਅਰ ਹੀ ਹੈ। ਬੜਾ ਵਧੀਆ ਹੈ। ਆਈ ਗੋਟ ਦਾ ਕੁਈਨ ਵਨ, ਹੁਣ ਚੇਂਜ ਹੋ ਜਾਣਗੇ, ਹੁਣ ਇਹ ਤਾਂ ਇਹ ਪਤਾ ਲੱਗਦਾ ਵੀ ਮੈਂ ਕਿਹਦੇ ਰੇਂਜ ਦੇ ਵਿੱਚ ਮਤਲਬ। ਹਾਂ ਉੱਥੇ ਕੁਈਨ ਦੀ ਫੋਟੋ ਲੱਗੀ ਸੀ। Nice. Uncirculated, $1 coin. ਇਹ ਸੀ ਸਾਡੇ ਸਾਰੇ ਦਿਨ ਦੀ ਅੱਜ
ਮੇਨ ਐਕਟੀਵਿਟੀ। ਹੁਣ ਇਸ ਵੀਡੀਓ ਨੂੰ ਅਸੀਂ ਇੱਥੇ ਐਂਡ ਕਰਦੇ ਹਾਂ। ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਔਰ ਇਹ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ। ਅਤੇ ਬਾਕੀ ਮਿਲਦੇ ਹਾਂ ਦੁਬਾਰਾ ਨੈਕਸਟ ਵੀਡੀਓ 'ਚ। ਬਾਏ, ਟੇਕ ਕੇਅਰ, ਬਾਏ ਮਾਈਕ। ਕਿਹੜੀ ਡਿਲਾਈਟ ਵਿਦ ਵੈਜੀ ਮਾਈਕ? ਦੇਰ ਇਜ਼ ਅ ਐਡ। ਓਕੇ, ਵਾਟ ਇਜ਼ ਡਿਲਾਈਟ? ਔਜ਼ੀ ਡਿਲਾਈਟ ਵਿਦ ਵੈਜੀ ਮਾਈਕ ਹੋਣਾ। ਚਲੋ, ਇਫ ਨਾਟ ਮਤਲਬ ਇਹ ਸਮਝ ਕੇ ਚੱਲੋ। ਸਰ ਸਰ ਬਾਏ ਕਰ ਦੋ, ਬਾਏ ਬਾਏ ਕਰ ਦੋ ਸਰ, ਬਾਏ ਬਾਏ। Bye. Hi, Gaudah. Hi.